ਹੁਣ ਇਹਦੇ ਕਰਕੇ ਹੋਰ ਮੈਂ ਕੁਝ ਕਰ ਨਹੀਂ ਪਾਇਆ। ਰੱਬ ਦਾ ਰੇਡੀਓ ਦੀ ਅਸੀਂ 2 ਸਾਲਾਂ ਤੋਂ ਤਰੀਕਾਂ ਹੀ ਪਾਈ ਜਾ ਰਹੇ ਹਾਂ, ਫਿਲਮ ਨਹੀਂ ਬਣਾ ਰਹੇ। 3 ਹਾਂਜੀ ਰੱਬ ਦਾ ਰੇਡੀਓ 3 ਪਹਿਲਾਂ ਅਸੀਂ ਹੁਣ ਤੋਂ 2 ਸਾਲ ਪਹਿਲਾਂ ਰਿਲੀਜ਼ ਕਰਨੀ ਸੀ, ਫਿਰ ਸਾਲ ਪਹਿਲਾਂ ਕਰਨੀ ਸੀ, ਹੁਣ ਆਹ ਸਾਲ ਕਰਨੀ ਸੀ, ਮਤਲਬ ਸ਼ੂਟ ਹੀ ਨਹੀਂ ਹੋ ਰਹੀ। ਹੁਣ ਜਦੋਂ ਦਾ ਆਹ ਕਿਰਦਾਰ ਹੈਗਾ ਤਾਂ ਹਜੇ ਹੋਣੀ ਨਹੀਂ ਮੈਨੂੰ ਪਤਾ, ਉਹ ਕਿਉਂਕਿ ਇਹਦਾ ਕਰੈਕਟਰ ਬਹੁਤ ਡਿਫਰੈਂਟ ਆ। ਜਿਹੜਾ ਇਹ ਕਰੈਕਟਰ ਆ ਇਹ ਸ਼ੂਟ ਕਰਨ ਦੇ ਲਈ ਵੀ ਪਹਿਲਾਂ ਮੈਨੂੰ ਇੱਕ ਹੋਰ ਤਰ੍ਹਾਂ ਦਾ ਸਰੋਤਾ ਬਣਨਾ ਪਿਆ, ਠੀਕ ਆ। ਜਿਹੜੇ ਜਿਹੜੇ ਵੀ ਮੰਨ ਲਓ ਐਕਟਰ ਨੇ ਹੈ ਨਾ, ਜਿਹੜੇ ਵੀ ਫਿਲਮ ਲਾਈਨ 'ਚ ਕੰਮ ਕਰਦੇ ਆ, ਸਾਰਿਆਂ ਨੂੰ ਪਤਾ ਉਹਨਾਂ ਨੂੰ ਉਹਦਾ ਰੋਲ ਕਰਨ ਲਈ ਕੋਈ ਨਾ ਕੋਈ ਚੀਜ਼ਾਂ ਹੁੰਦੀਆਂ ਜਿਹੜੀਆਂ ਸੁਣਦੇ ਨੇ। ਕੀ ਬਾਤ ਹੈ, ਕਿਸੇ ਨੂੰ ਕੋਈ ਫਿਲਮ ਕੋਈ ਗੀਤ ਨੇ, ਕਿਸੇ ਨੂੰ ਕੋਈ ਹਿਸਟਰੀ ਆ, ਕੋਈ ਨਾ ਕੋਈ ਸੁਣਦਾ ਹਰੇਕ ਬੰਦਾ। ਉਹ ਸੁਣ ਕੇ ਤੁਹਾਨੂੰ ਜਦੋਂ ਵੀ ਤੁਸੀਂ ਸੁਣਦੇ ਹੋ ਤੁਸੀਂ ਉਹ ਜ਼ੋਨ ਚਲੇ ਜਾਣੇ। ਉਹ ਚਾਹੀਦਾ ਹੁੰਦਾ ਤੁਹਾਨੂੰ ਜਦੋਂ ਤੁਸੀਂ ਕਰੈਕਟਰ ਕਰਨਾ ਹੁੰਦਾ, ਜਦੋਂ ਕਰੈਕਟਰ ਦੀ ਕਹਾਣੀ ਆ ਤੁਹਾਡੀ ਮਾਈਨਸ ਹੋ ਜਾਂਦੀ ਆ। ਹੁਣ ਉਵੇਂ ਇਹ ਜਿਹੜਾ ਕਰੈਕਟਰ ਹੈ ਤੁਹਾਨੂੰ ਮਾਈਨਸ ਕਰਕੇ ਹੀ ਆਉਂਦਾ, ਉਹ ਫਿਰ ਮਾਈਨਸ ਹੋਇਆ ਹੋਇਆ ਜੀ।